ਗੱਲ ਰਹੀ ਸਿੱਧੂ ਮੂਸੇ ਵਾਲੇ ਦੀ ਤੇ ਜਿਹੜੇ ਤੁਸੀਂ ਵੱਡੇ ਸਿੱਖ ਧਰਮ ਦੇ ਠੇਕੇਦਾਰ ਬਣਦੇ ਜੀ ਨਾ, ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਸਿੱਧੂ ਮੂਸੇ ਵਾਲਾ ਨਾਂ ਸੁਣੋ, ਤੁਹਾਨੂੰ ਕਿਹੜਾ ਚਿੱਠੀ ਪਾ ਕੇ ਆਖਿਆ ਵੀ ਤੁਸੀਂ ਸੁਣੋ। ਹਾਂਜੀ ਦੋਸਤੋ, ਇੱਕ ਵਾਰੀ ਫਿਰ ਹਾਜ਼ਰ ਹਾਂ ਇੱਕ ਬਹੁਤ ਵੱਡੀ ਅਪਡੇਟ ਨਾਲ। ਦੋਸਤੋ, ਸੋਸ਼ਲ ਮੀਡੀਆ ਦੇ ਸਿੱਧੂ ਦੇ ਹੇਟਰਸ ਵੱਲੋਂ ਇਹ ਖਬਰ ਕਾਫੀ ਤੇਜ਼ੀ ਨਾਲ ਫੈਲਾਈ ਜਾ ਰਹੀ ਕਿ ਲੋਕ ਮਾਨਸਾ ਕਿਸਾਨਾਂ ਲਈ ਨਹੀਂ ਬਲਕਿ ਸਿੱਧੂ ਨੂੰ ਸੁਣਨ ਗਏ ਸੀ। ਪਰ ਦੋਸਤੋ, ਤੁਹਾਨੂੰ ਦੱਸ ਦਈਏ ਕਿ ਚਾਹੇ ਲੋਕ ਸਿੱਧੂ ਨੂੰ ਹੀ ਮਿਲਣ ਕਿਉਂ ਨਾ ਗਏ ਹੋਣ, ਪਰ ਸਿੱਧੂ ਨੇ ਵੀ ਤਾਂ ਆਪਣੇ ਕਿਸਾਨਾਂ ਦੇ ਹੱਕ ਦੀ ਹੀ ਗੱਲ ਕੀਤੀ ਹੈ, ਨਾ ਕਿ ਆਪਣੇ ਗਾਣਿਆਂ ਦੀ। ਸੋ ਐਵੇਂ ਦੀਆਂ ਫੇਕ ਨਿਊਜ਼ ਤੋਂ ਬਚੋ ਅਤੇ ਕਿਸਾਨਾਂ ਦਾ ਸਾਥ ਦਵੋ। ਅਤੇ ਇਸ ਦੇ ਨਾਲ ਇੱਕ ਹੋਰ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਫੋਰਨ ਵਿੱਚ ਵੀ ਇੱਕ ਲੋਕ ਕਿਸਾਨਾਂ ਦੇ ਸਾਥ ਲਈ ਨਾਅਰੇ ਲਗਾ ਰਹੇ ਨੇ, ਜੋ ਕਿ ਤੁਸੀਂ ਵੀਡੀਓ ਵਿੱਚ ਅੱਗੇ ਦੇਖ ਸਕਦੇ ਹੋ। ਜੇਕਰ ਦੋਸਤੋ ਤੁਸੀਂ ਵੀ ਕਿਸਾਨਾਂ ਨੂੰ ਸਪੋਰਟ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਜਲਦ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਨਾਲ। ਧੰਨਵਾਦ। ਕਿਸਾਨਾਂ ਨੇ ਫੈਸਲਾ ਕਰ ਲਿਆ ਵੀ ਅੰਬਾਨੀਆਂ ਅਡਾਨੀਆਂ ਨੇ ਤੇਲ ਨਹੀਂ ਪਾਉਣਾ। ਅਸੀਂ ਅੱਜ ਤੋਂ ਅਸੀਂ ਤੇਲ ਪਾਉਣ ਲੱਗੇ ਸੀਗੇ, ਸਾਨੂੰ ਚੇਤਾ ਭੁੱਲ ਗਿਆ ਸੀਗਾ ਵੀ ਇਹ ਤਾਂ ਹੈਗੇ ਕਿਸਾਨਾਂ ਦੇ ਖਿਲਾਫ, ਸੋ ਇਸ ਕਰਕੇ ਨਹੀਂ ਮਿਲੇ, ਅਸੀਂ ਤੇਲ ਪਵਾ ਰਹੇ। ਬਾਏ ਬਾਏ, ਗੁੱਡ ਨਾਈਟ। ਚਲੋ ਵੀਰ, ਜਿੰਦਾਬਾਦ 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 ਮੁਰਦਾਬਾਦ।